ਜਿੱਥੇ ਇੱਕ ਪਾਸੇ ਭਾਰਤ ਦੇ ਵਿੱਚ ਫਿਰਕੂ ਮਾਹੌਲ ਪੈਰ ਪਸਾਰ ਰਿਹਾ, ਉੱਥੇ ਲਵ ਜਿਹਾਦ ਦਾ ਮੁੱਦਾ ਵੀ ਇਸ ਪਾੜੇ ਨੂੰ ਦਿਨੋ ਦਿਨ ਵੱਡਾ ਕਰਦਾ ਜਾ ਰਿਹਾ। ਲਵ ਜਿਹਾਦ ਦੇ ਨਾਮ ਦੇ ਉੱਤੇ ਕਦੇ ਕਿਸੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾਂਦਾ ਹੈ ਤੇ ਕਦੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹੁਣ ਇਹ ਨਫ਼ਰਤ ਲੋਕਾਂ ਦੇ ਮਨਾਂ ਦੇ ਵਿੱਚ ਇਸ ਕਦਰ ਘਰ ਕਰ ਚੁੱਕੀ ਹੈ ਕਿ ਕਿਸੇ ਵੇਲੇ ਵੀ ਖਤਰਨਾਕ ਨਤੀਜੇ ਸਾਹਮਣੇ ਆ ਸਕਦੇ ਨੇ। ਇਸ ਦਾ ਅਹਿਸਾਸ ਉਸ ਵੇਲੇ ਹੁੰਦਾ ਜਦੋਂ ਕੋਈ ਆਗੂ ਦੂਜੇ ਧਰਮ ਦੇ ਵਿਰੁੱਧ ਨਫ਼ਰਤ ਉਗਲਦਾ। ਕੁਝ ਅਜਿਹੀ ਨਫ਼ਰਤ ਯੂਨਾਈਟਿਡ ਹਿੰਦੂ ਫਰੰਟ ਸੰਗਰੂਰ ਦੇ ਵੱਲੋਂ ਮੁਸਲਮਾਨਾਂ ਦੇ ਬਾਰੇ ਉਗਲੀ ਗਈ ਹੈ। ਆਖਿਰ ਕੀ ਕਿਹਾ, ਆਓ ਸੁਣਦੇ ਹਾਂ। 22% ਆਪਾਂ ਮੁਸਲਮਾਨ ਮੰਨਦੇ ਹਾਂ ਤਾਂ ਹਿੰਦੂਆਂ ਦੀ ਆਬਾਦੀ ਇਹ ਕਿਹਾ ਜਾਣੇ ਕਿ ਬਾਤ ਸਰਕਾਰ ਨੇ ਕੀ ਹੈ ਸਰ, ਹਿੰਦੂ ਅਲਪਸੰਖਕ ਹੋ ਚੁੱਕਾ ਹੈ, ਵਹਾਂ ਈਸਾਈ ਮਸ਼ੀਨਰੀਆਂ ਦੋਵੇਂ ਧਰਮ ਪਰਿਵਰਤਨ ਕਰਵਾ ਕਰਕੇ, ਵਹਾਂ ਮੁਸਲਿਮ ਸਮਾਜ ਜ਼ਿਆਦਾ ਆਬਾਦੀ ਬਿਠਾ ਕਰਕੇ ਵਹਾਂ ਹਿੰਦੂਆਂ ਕੋ ਉਹਨਾਂ ਨੇ ਅਲਪਸੰਖਕ ਬਣਾ ਦਿਆ। ਉਨਕੀ ਸੰਖਿਆ ਜ਼ਿਆਦਾ ਹੋ ਗਈ ਹੈ, ਇਸ ਲਈ ਸਰਕਾਰ ਨੇ ਸੋਚਿਆ ਕਿ ਜਹਾਂ ਜਹਾਂ ਵੀ ਅੱਜ ਹਿੰਦੂ ਅਲਪਸੰਖਕ ਹੈ ਉਨਕੋ ਸੁਵਿਧਾਏ ਨੇ। ਸਰਕਾਰ ਕੀ ਹੈ, ਐਸੀ ਘੋਸ਼ਣਾ ਆਈ ਹੈ ਵੀ ਹੋਇਆ ਕੁਛ ਨਹੀਂ, ਅਭੀ ਘੋਸ਼ਣਾ ਆਈ ਹੈ। ਇੱਕ ਪਾਸੇ ਤਾਂ ਆਪਾਂ ਇਹ ਕਹਿ ਰਹੇ ਹਾਂ ਵੀ 22% ਮੁਸਲਮਾਨਾਂ ਦੀ ਸੰਖਿਆ ਮਿਲ ਗਈ, ਉਹਨੂੰ ਅਲਪ ਸੰਖਿਆ ਕਿਹਾ ਦਰਜਾ। ਫਿਰ ਆਪਾਂ ਵੀ ਹਿੰਦੁਸਤਾਨ 'ਚ ਵੀ ਜਦ ਆਪਣੇ ਹਿੰਦੂ ਜਿੱਥੇ ਜਿੱਥੇ ਹੋ ਰਹੇ ਉੱਥੇ ਉਹਨਾਂ ਨੂੰ ਮਿਲ ਰਿਹਾ, ਬਰਾਬਰ ਮਿਲ ਰਿਹਾ ਦਰਜਾ ਮੁਸਲਮਾਨਾਂ ਨੂੰ, ਪੂਰੇ ਹਿੰਦੁਸਤਾਨ ਦਾ ਦਰਜਾ ਮਿਲਿਆ, ਪੂਰੇ ਹਿੰਦੁਸਤਾਨ ਸਟੇਟ ਨੂੰ ਮਿਲਿਆ। ਔਰ ਪੂਰੇ ਹਿੰਦੁਸਤਾਨ ਕਾ 7,000 ਕਰੋੜ ਰੁਪਇਆ ਹਮਾਰਾ ਟੈਕਸ ਸਰਕਾਰ ਕੇ ਰੂਪ ਮੇਂ ਸਰਕਾਰ ਕੋ ਦੇਤੇ, ਹਿੰਦੂ ਸਮਾਜ ਦੇਤਾ, ਮੁਸਲਮਾਨ ਟੈਕਸ ਨਹੀਂ ਦੇਤਾ ਕੋਈ, ਉਹ ਸਾਰੇ ਇਨਕਮ ਲੁਟਾਇਆ ਜਾ ਰਿਹਾ। ਹਮਾਰੀ ਇਸ ਬਾਤ ਕੋ ਲੈ ਕੇ ਵਿਰੋਧ ਹੈ, ਕੋਈ ਵੀ ਇਨਸਾਨ ਕੰਮ ਗਲਤ ਕਰਤਾ ਹੈ, ਹਿੰਦੂ ਜਿਸਦੇ ਬੰਦਿਆਂ ਮੁਸਲਮਾਨ ਲੜਕੋਂ ਕੋ ਪੀੜਤੀ ਹੈ, ਉਨਕੋ ਕਾਨੂੰਨ ਪੇ ਵਿਸ਼ਵਾਸ ਕਰਨਾ ਚਾਹੀਏ। ਹਿੰਦੂ ਜਥੇਬੰਦੀਆਂ ਦੁਆਰਾ ਮੁਸਲਮਾਨੋਂ ਕੋ ਪੀਟਾ ਜਾਤਾ ਹੈ, ਉਨਕੋ ਕਾਨੂੰਨ ਪੇ ਵਿਸ਼ਵਾਸ ਰੱਖਣਾ ਚਾਹੀਏ। ਆਜ ਮੁਸਲਮਾਨੋਂ ਨੇ ਹਿੰਦੁਸਤਾਨ ਮੇਂ ਲਵ ਜਿਹਾਦ ਚਲਾ ਰੱਖੀ ਹੈ, ਮੁਸਲਮਾਨ ਮੋੜੀ ਬਾਂਧ ਸਰ ਜੀ ਉਨਕੋ ਸਰ ਜੀ ਮੈਂ ਨਹੀਂ ਆ ਰਹਾ ਆਪਕੀ ਬਾਤ ਹੋਈ ਹੈ, ਬਿਲਕੁਲ ਮੁਸਲਮਾਨ ਨਾਮ ਬਦਲ ਕੇ ਟਿੱਕਾ ਲਗਾ ਕੇ ਮੋਲੀ ਬਾਂਧ ਕੇ ਹੱਥ ਕੇ ਉੱਪਰ ਹਿੰਦੂ ਨਾਮ ਰੱਖ ਕੇ ਹਮਾਰੀ ਹਿੰਦੂਓਂ ਕੀ ਬਹਿਣ ਬੇਟੀਓਂ ਕੋ ਬੁਲਾ ਕੇ ਫਸਲਾ ਕਰਕੇ ਲੈ ਕੇ ਜਾਣੇ ਕਾ ਕਾਮ ਕਰ ਰਹੇ ਹੈ। ਔਰ ਮੁਸਲਮਾਨ ਜਥੇਬੰਦੀਓਂ ਨੇ ਹਮਾਰੀ ਹਿੰਦੂਓਂ ਕੀ ਬੇਟੀਓਂ ਕਾ ਰੇਟ ਕਾਰਡ ਜਾਰੀ ਕਰ ਰੱਖਾ ਹੈ, ਸਿੱਖੀ ਲੜਕੀ 6 ਲੱਖ ਰੁਪਏ ਕੀ, ਬਣੀਆਂ ਕੀ ਲੜਕੀ 5 ਲੱਖ ਰੁਪਏ ਕੀ, ਫਲਾਣੀ ਕੀ ਲੜਕੀ 3 ਲੱਖ ਰੁਪਏ ਕੀ, ਹਮਾਰੀ ਬੇਟੀਓਂ ਕੋ ਬੋਲੀ ਲਗਾ ਰਹੇ ਹੈ। ਔਰ ਜੇ ਹਮਾਰੀ ਬੇਟੀਓਂ ਕੋ ਬੋਲੀ ਲਗਾਏਂਗੇ ਔਰ ਹਿੰਦੂ ਸਮਾਜ ਚੁੱਪਚਾਪ ਸਹਿਨ ਕਰਦਾ ਰਹੇ, ਹਿੰਦੂ ਸਮਾਜ ਕੋ ਕੁੱਟੇ ਵੀ ਨਹੀਂ ਤੋ ਕਿਆ ਕਰੇਗਾ ਸਰ ਜੀ? ਕਾਨੂੰਨ ਕਾ ਵਿਸ਼ਵਾਸ ਤੋ ਹੈ ਆਪਕੋ, ਕਾਨੂੰਨ ਕਾ ਵਿਸ਼ਵਾਸ ਹੈ, ਅਗਰ ਕਾਨੂੰਨ ਦੇਖਤਾ ਰਹੇਗਾ ਤੋ ਹਿੰਦੂ ਸਮਾਜ ਕੇ ਕਾਰਜਕਰਤਾ ਦੇਖਤੇ ਨਹੀਂ ਰਹੇਂਗੇ ਆਪਣੇ ਹੱਥ ਜਿਸ ਤਰੀਕੇ ਸੇ ਵੋ ਕੌਨ ਸੇ ਕਾਨੂੰਨ ਹੈ ਹਮਾਰੀ ਲੜਕੀਓਂ ਕੋ ਬੋਲੀ ਲਗਾ ਰਹੇ ਹੈ, ਐਸਾ ਕੌਨ ਸਾ ਕਾਨੂੰਨ ਹੈ ਹਿੰਦੂਓਂ ਕੀ ਲੜਕੀਓਂ ਕੋ ਬਿਠਾ ਕੇ ਫਸਲਾ ਕੇ ਲੈਕਰ ਕੇ ਜਾਓ, ਜੇ ਕੌਨ ਸਾ ਕਾਨੂੰਨ ਹੈ ਸਰ? ਇਹ ਕੁਸਚਨ ਹੁਣ ਜੇ ਕਈ ਲੀਡਰਾਂ ਦੀ ਬੱਚਿਆਂ ਦੀ ਸ਼ਾਦੀ ਮੁਸਲਮਾਨਾਂ ਦੇ ਲੀਡਰਾਂ ਨਾਲ ਹੋਈਆਂ ਜੀ, ਉਹਦੇ ਕੀ ਕਹਿਣਾ ਚਾਹੋ? ਦੇਖੀਏ, ਸ਼ਾਦੀ ਕਰਨਾ ਅਲੱਗ ਬਾਤ ਸਰ, ਧਰਮ ਪਰਿਵਰਤਨ ਦਾ ਹੋ, ਕਿਸੇ ਕੀ ਲੜਕੀ ਕੋ ਬਹਿਲਾ ਕਰਕੇ ਫਸਲਾ ਕਰਕੇ ਲੈ ਕੇ ਜਾਣਾ ਉਹ ਅਲੱਗ ਬਾਤ, ਸ਼ਾਦੀਆਂ ਤਾਂ ਹੋਤੀਆਂ ਹੀ, ਆਜ ਵੀ ਥੋੜ੍ਹਾ ਬਾਤ ਹੈ ਕੋਈ, ਹੀ ਰਾਜਾ ਸ਼੍ਰੀ ਫਰਿਆਦ ਜਾਂ ਤਾਂ ਬੜੇ ਬੜੇ ਹੋਏ ਸਭ ਹਮਾਰੇ ਦੇਸ਼ ਮੇਂ ਤੋ ਪਿਆਰ ਇੱਕ ਖੁਸ਼ਹਾਲ ਪਿਆਰ ਕੇ ਸੰਬੰਧ ਵਾਲਾ ਨੇ, ਮਗਰ ਬਹਿਲਾ ਕੇ ਫਸਲਾ ਕਰਕੇ ਉਹਨੂੰ ਲੈ ਕੇ ਜਾਣਾ, ਉਹਨਕੀ ਜ਼ਿੰਦਗੀ ਖਰਾਬ ਕਰਨਾ, ਉਹਨਕੇ ਸਾਥ ਬਦਤਮੀਜ਼ੀਆਂ ਕਰਨਾ, ਉਹਦਾ ਧਰਮ ਪ੍ਰਬੰਧ ਜ਼ਬਰਦਸਤੀ ਕਰਵਾਉਣਾ, ਹਮਾਰਾ ਉਸਕਾ ਵਿਰੋਧ ਹੈ। ਸੰਗਰੂਰ ਤੋਂ ਮਲਕੀਤ ਸਿੰਘ ਦੀ ਰਿਪੋਰਟ।